ਅਸਲਾਮ ਵਾਲੇਕਮ ਦੋਸਤੋ ਅੱਜ ਸਵੇਰ ਸਵੇਰ ਇੱਕ ਮੇਰੇ ਦੋਸਤ ਦਾ ਫੋਨ ਆਇਆ ਵੇ ਉਹਨੇ ਕਾਫੀ ਧੇਰ ਤੋਂ ਨਾ ਆਪਣੇ ਇੱਕ ਰਿਸ਼ਤੇਦਾਰ ਨੂੰ ਨਾ ਧਾਰ ਦਿੱਤੇ ਆ ਸੀ ਤੇ ਕਹਿੰਦਾ ਮੇਰੀ ਅੱਜ ਕੁਜ਼ਰਤੀ ਬਾਜ਼ਾਰ ਚੋਂ ਦੀ ਮੁਲਾਕਾਤ ਹੋਗੀ ਤੇ ਮੈਂ ਉਹਨੂੰ ਤਰਲਾ ਮਿੰਤ ਪਾਇਆ ਤੇਰੀ ਮਿਹਰਬਾਨੀ ਬਹੁਤ ਤਰਸਾ ਹੋ ਗਿਆ ਸਾਲਾਂ ਦੇ ਸਾਲ ਗੁਜ਼ਰ ਗਏ ਨੇ ਤੇ ਵਾਪਸ ਕਰ ਦੇ ਮੈਂ ਮਜਬੂਰ ਆ ਬੜਾ ਤੇ ਉਹ ਅਗੂ ਬੋਲਿਆ ਕਹਿੰਦਾ ਯਾਰ ਪੈਸੇ ਤੇ ਕੋ ਨਹੀਂ ਚੱਲ ਤੈਨੂੰ ਮੈਂ ਕਿਸ਼ਤਾਂ ਦੇ ਉੱਤੇ ਨਾ ਕੁਝ ਐ ਕਢਾ ਦੇਣਾ ਵਾ ਜਿਹੜੀ ਤੈਨੂੰ ਕੋ ਲੋੜ ਹੈ ਉਹ ਕੁਜ਼ਰਤੀ ਉਹਦੀ ਫ੍ਰਿਜ ਖਰਾਬ ਸੀ ਦੋਸਤ ਮੇਰੇ ਦੀ ਉਹਦਾ ਯਾਰ ਤੂੰ ਮੈਨੂੰ ਇਥੋਂ ਨਾ ਫ੍ਰਿਜ ਜਿਹੜੀ ਹੈ ਨਾ ਇਹ ਲੈ ਦੇ ਤੇ ਉਹ ਗਿਆ ਉਹਨੇ ਉਹ ਫ੍ਰਿਜ ਲੈ ਦਿੱਤੀ ਫ੍ਰਿਜ ਲੈ ਕੇ ਘਰ ਚਲਾ ਗਿਆ ਲਦਾਈ ਤੇ ਕਹਿੰਦਾ ਅੱਜ ਸਵੇਰ ਸਵੇਰ ਦੁਕਾਨਦਾਰ ਦੀ ਦੁਕਾਨਦਾਰ ਆਇਆ ਉਹਨੇ ਘੰਟੀ ਮਾਰੀ ਘੰਟੀ ਮੈਂ ਕਹਿੰਦਾ ਬੂਆ ਖੋਲਿਆ ਤੇ ਦੁਕਾਨਦਾਰ ਅੱਗੇ ਕਹਿੰਦਾ ਭਾਈ ਜੀ ਫ੍ਰਿਜ ਕਿੱਥੇ ਜੇ ਮੈਂ ਫ੍ਰਿਜ ਚਾਹੁੰਦਾ ਜੀ ਫ੍ਰਿਜ ਅੰਦਰ ਚੱਲਦੀ ਪਈ ਹੈ ਬੇਰੀ ਮਿਹਰਬਾਨੀ ਤੇ ਸਹੀ ਚੱਲ ਰਹੀ ਹੈ ਉਹ ਅੰਦਰ ਸਹੀ ਤੇ ਚੱਲ ਰਹੀ ਹੈ ਮੈਂ ਹੁਣ ਖੜਨੀ ਹੈ ਕਹਿੰਦਾ ਵਜਾ ਕੀ ਹੋਈ ਕਹਿੰਦਾ ਕਹਿੰਦਾ ਤਿੰਨ ਕਿਸ਼ਤਾਂ ਦੀਆਂ ਅਦਾ ਨਹੀਂ ਹੋਈਆਂ ਤੇ ਇਸ ਗੱਲੇ ਹੁਣ ਮੈਂ ਫਰਿੱਜ ਖੜਨੀ ਹੈ ਤੁਹਾਡੀ ਮਿਹਰਬਾਨੀ ਫਰਿੱਜ ਮੇਰੀ ਮੈਨੂੰ ਫਰਿੱਜ ਦੇ ਦਿਓ ਉਹ ਹੁਣ ਮੈਂ ਉਹਨੂੰ ਫੋਨ ਕਰਕੇ ਮੈਂ ਕਿਹਾ ਯਾਰ ਇਹ ਕੀ ਕੀਤਾ ਈ ਉਹ ਗੁੰਜਰਾ ਜਨਾਬ ਉਹਦੇ ਨਾਲ ਗੁੱਸੇ ਹੋ ਰਿਹਾ ਕਹਿੰਦਾ ਕਹਿੰਦਾ ਇਹਦੇ ਵਿੱਚ ਮੇਰੀ ਕੀ ਗਲਤੀ ਹੋ ਫਰਿੱਜ ਲੈ ਗਿਆ ਤੇ ਮੈਂ ਤਾਂ ਤੈਨੂੰ ਫਰਿੱਜ ਦੇ ਛੜੀ ਹੈ ਨਾ ਤੇਰਾ ਮੇਰਾ ਮੁੱਕ ਚੁੱਕੇ ਤੂੰ ਜਾਣ ਤੇ ਦੁਕਾਨਦਾਰ ਜਾਣੇ ਹੁਣ ਮੈਨੂੰ ਨਹੀਂ ਸਮਝ ਆ ਰਹੀ ਮੈਂ ਆਪਣੇ ਦੋਸਤ ਦੇ ਨਾਲ ਅਫਸੋਸ ਗਲੇ ਲੱਗ ਕੇ ਕਰਨਾ ਹੈ ਜਾਂ ਆਸਕੇ ਕਰਨਾ ਹੈ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਆਪਣੀ ਹਿਫਜ਼ੋਮਾਨ ਚ ਰੱਖੇ ਤੇ ਸਾਨੂੰ ਇਹ ਧਾਰ ਧਾਰ ਵਾਲੀ ਲਾਣਤ ਕੋਲੋਂ ਬਚਾਏ ਦੇਣ ਵਾਤੇ ਵੀ ਲੈਣ ਵਾਤੇ ਵੀ ਆਮੀਨ